प्यारे बच्चों, सारे नूं सत श्री अकाल। मैनू आस है कि सारे बच्चे आप अपने घरां दे विच तुसीं बिल्कुल सुरक्षित ते ठीक ठाक होवोगे। तुहाडी सुख सांद मैं उस परमात्मा दे पासों हमेशा ही मंगदा रहिंदा हाँ। सो प्यारे बच्चों, जिवें तुसीं जाणदे हो कि आपां पिछले वीडियो दे विच पाठ सत नानी दी सिक्ख्या पाठ पढ़न तों उपरंत असी अभ्यास शुरू कर ली सी। अभ्यास शुरू करन तो बाद असी खाली थावां भरों कर लिया सन। सो प्यारे बच्चों, आज असी खाली थावां तो बाद पाठ दे विच आए जिन्ने भी मोड़ ने, जिन्नी कहानी दे विच जो जो भी असी पढ़िया, जो जो भी सानू समझ आया, उसे दे आधारित प्रश्न उत्तर बना दिते ने। अज असी प्यारे बच्चों उन्हां प्रश्न उत्तरां नूं हल करांगे, प्रश्न उत्तरां दी जांच पड़ताल करांगे। प्रश्न तुहानूं मैं पुछांगा, तुसीं सोचना है कि उहदा उत्तर की सी। अगर नहीं आएगा फिर भी मैं तुहानूं दस्सांगा। सो आपां इस नूं हल अज करना है। सो प्यारे बच्चों, चलदे हां प्रश्न उत्तर भाग दे विच, पाठ नंबर 7 नानी दी सिक्ख्या। ਜਿਵੇਂ ਕਿ ਤੁਸੀਂ ਬੱਚਿਓ ਦੇਖ ਰਹੇ ਹੋ, ਅਸੀਂ ਪ੍ਰਸ਼ਨ ਉੱਤਰ ਵਾਲੀ ਜਗ੍ਹਾ ਤੇ ਪਹੁੰਚ ਗਏ ਹਾਂ। ਤਾਂ ਪਹਿਲਾ ਪ੍ਰਸ਼ਨ ਅਸੀਂ ਹੱਲ ਕਰਨਾ ਹੈ। ਤੁਸੀਂ ਸਾਰਿਆਂ ਨੇ ਪੜ੍ਹ ਹੀ ਲਿਆ ਹੋਏਗਾ, ਬੜੇ ਤੇਜ਼ ਬੱਚੇ ਨੇ ਮੇਰੇ, ਬੜੇ ਹੁਸ਼ਿਆਰ ਨੇ, ਫਟਾਫਟ ਪੜ੍ਹ ਕੇ ਬਹੁਤਿਆਂ ਨੇ ਤੇ ਉਹਦਾ ਉੱਤਰ ਵੀ ਸੋਚ ਲਿਆ ਹੋਏਗਾ। ਸੋ ਪਿਆਰੇ ਬੱਚਿਓ, ਸ਼ੁਰੂ ਕਰਦੇ ਹਾਂ ਪ੍ਰਸ਼ਨ ਨੰਬਰ 1। ਬੁੱਧ ਰਾਮ ਦਾ ਇਹ ਨਾਂ ਕਿਸਨੇ ਅਤੇ ਕਿਉਂ ਰੱਖਿਆ? ਬੁੱਧ ਰਾਮ ਦਾ ਇਹ ਨਾਂ ਕਿਸਨੇ ਅਤੇ ਕਿਉਂ ਰੱਖਿਆ? ਸੋਚੋ ਬੱਚਿਓ, ਤੁਹਾਡੀ ਸੋਚ ਵਿੱਚ ਉੱਤਰ ਜ਼ਰੂਰ ਆ ਜਾਵੇਗਾ, ਕਿਉਂਕਿ ਤੁਸੀਂ ਸਾਰਾ ਪਾਠ ਜਿਹੜਾ ਸੀ ਉਹ ਪੜ੍ਹਿਆ ਸੀ, ਹੈ ਨਾ? ਸੋ ਚਲੋ ਇਸ ਦਾ ਉੱਤਰ ਲਿਖਦੇ ਹਾਂ। ਤੁਸੀਂ ਅਗਰ ਸੋਚ ਲਿਆ ਤਾਂ ਬਹੁਤ ਵਧੀਆ, ਆਪਾਂ ਇਹਨੂੰ ਕਿਹੜੇ ਢੰਗ ਨਾਲ ਲਿਖਣਾ ਹੈ ਉਹ ਦੇਖਦੇ ਹਾਂ। ਤੁਸੀਂ ਆਂਸਰ ਤੇ ਸਹੀ ਬਿਲਕੁਲ ਸੋਚ ਲਿਆ। ਉੱਤਰ ਲਿਖਣ ਦਾ ਢੰਗ ਇਹ ਹੈ, ਲਿਖਦੇ ਹਾਂ ਉੱਤਰ ਕਿ ਬੁੱਧ ਰਾਮ ਦਾ ਇਹ ਨਾਂ, ਬੁੱਧ ਰਾਮ ਦਾ ਇਹ ਨਾਂ ਉਸ ਦੀ ਨਾਨੀ ਨੇ ਰੱਖਿਆ ਅਤੇ ਨਾਨੀ ਨੇ ਸੋਚਿਆ ਕਿ ਇਹ ਬੁੱਧਵਾਰ ਜੰਮਿਆ ਹੈ, ਇਸ ਲਈ ਇਹ ਉੱਤਮ ਬੁੱਧੀ ਵਾਲਾ ਹੋਵੇਗਾ। ਉੱਤਮ ਬੁੱਧੀ ਹੁੰਦੀ ਹੈ ਬਹੁਤ ਉੱਚੀ ਬੁੱਧੀ ਵਾਲਾ, ਬੜਾ ਹੁਸ਼ਿਆਰ ਜਿਹਨੂੰ ਕਹਿ ਦਿੰਦੇ ਹਾਂ। ਠੀਕ ਹੈ ਬੇਟੇ, ਦੁਬਾਰਾ ਬੋਲਦਾ। ਬੁੱਧ ਰਾਮ ਦਾ ਇਹ ਨਾਂ ਉਸ ਦੀ ਨਾਨੀ ਨੇ ਰੱਖਿਆ ਸੀ ਅਤੇ ਬੁੱਧਵਾਰ ਵਾਲੇ ਦਿਨ ਪੈਦਾ ਹੋਣ ਕਰਕੇ ਨਾਨੀ ਨੇ ਸਮਝਿਆ ਕਿ ਇਹ ਜ਼ਿਆਦਾ ਉੱਤਮ ਬੁੱਧੀ ਵਾਲਾ ਹੋਵੇਗਾ। ਇਸ ਤਰ੍ਹਾਂ ਵੀ ਲਿਖ ਸਕਦੇ ਹੋ। ਠੀਕ ਹੈ, ਇਹ ਸੀ ਸਾਡਾ ਪਹਿਲਾ ਪ੍ਰਸ਼ਨ। ਆਪਾਂ ਐੜਾ ਨੰਬਰ 'ਤੇ ਆ ਜਾਂਦੇ ਹਾਂ। ਨਾਨਕੇ ਜਾਣ ਸਮੇਂ, ਸੋਰੀ ਮੈਂ ਪਹਿਲਾਂ ਨਾ ਪਹਿਲੇ ਪ੍ਰਸ਼ਨ ਨੂੰ ਥੋੜ੍ਹਾ ਜਿਹਾ ਹੋਰ ਐਕਸਪਲੇਨ ਕਰ ਦੇਵਾਂ ਤਾਂ ਕਿ ਤੁਹਾਨੂੰ ਚੰਗੀ ਤਰ੍ਹਾਂ ਆ ਜਾਵੇ। ਇਹ ਨਾਂ ਉਸਦੀ ਕਿਹਨੇ ਰੱਖਿਆ ਸੀ? ਨਾਨੀ ਨੇ। ਇਹ ਨਾਂ ਉਸਦੀ ਨਾਨੀ ਨੇ ਰੱਖਿਆ ਸੀ, ਠੀਕ ਹੈ। ਅਤੇ ਦੂਸਰੀ ਗੱਲ, ਉਹ ਕਦੋਂ ਪੈਦਾ ਹੋਇਆ ਸੀ? ਕਿਹੜੇ ਵਾਰ? ਬੁੱਧਵਾਰ। ਅਤੇ ਬੁੱਧਵਾਰ ਪੈਦਾ ਹੋਣ ਕਰਕੇ ਉਸਦੀ ਨਾਨੀ ਨੇ ਸਮਝਿਆ ਕਿ ਇਹ ਜ਼ਿਆਦਾ ਬੁੱਧੀ ਵਾਲਾ ਹੋਵੇਗਾ, ਠੀਕ ਹੈ ਨਾ, ਜ਼ਿਆਦਾ ਬੁੱਧੀ ਵਾਲਾ ਹੋਵੇਗਾ। ਠੀਕ ਹੈ, ਇਹ ਪਹਿਲੇ ਪ੍ਰਸ਼ਨ ਦਾ ਉੱਤਰ ਹੈ, ਤੁਸੀਂ ਲਿਖ ਸਕਦੇ ਹੋ। ਹੁਣ ਆਪਾਂ ਪ੍ਰਸ਼ਨ ਨੰਬਰ 2 'ਤੇ ਚੱਲਦੇ ਹਾਂ। ਨਾਨਕੇ ਜਾਣ ਸਮੇਂ ਰਸਤੇ ਵਿੱਚ ਬੁੱਧੂ ਨੂੰ ਕੌਣ ਕੌਣ ਮਿਲਿਆ? ਠੀਕ ਹੈ, ਹੁਣ ਆਪਾਂ ਲਿਖਦੇ ਹਾਂ ਕਿ ਨਾਨਕੇ ਜਾਣ ਸਮੇਂ ਰਸਤੇ ਵਿੱਚ ਬੁੱਧੂ ਨੂੰ ਕੌਣ ਕੌਣ ਮਿਲਿਆ ਸੀ? ਸਾਰਾ ਹੀ ਪਤਾ ਤੁਹਾਨੂੰ, ਹੈ ਨਾ, ਸਾਰੀ ਕਹਾਣੀ ਪੜ੍ਹੀ ਆਪਾਂ। ਸਭ ਤੋਂ ਪਹਿਲਾਂ ਕੌਣ ਮਿਲਿਆ ਸੀ? ਸਭ ਤੋਂ ਪਹਿਲਾਂ ਮਿਲਿਆ ਸੀ
ਇਹਦਾ ਉੱਤਰ ਆਪਾਂ ਕਿਸ ਤਰ੍ਹਾਂ ਲਿਖਣਾ ਹੈ। ਨਾਨਕੇ ਜਾਣ ਸਮੇਂ ਰਸਤੇ ਵਿੱਚ ਬੁੱਧੂ ਨੂੰ ਸ਼ਿਕਾਰੀ, ਹੈ ਨਾ, ਪਹਿਲਾਂ ਸ਼ਿਕਾਰੀ ਮਿਲਿਆ ਸੀ ਨਾ, ਫਿਰ ਕੌਣ ਮਿਲਿਆ ਸੀ, ਚੋਰ, ਫਿਰ ਚੋਰ ਮਿਲ ਪਏ ਸੀ ਉਹਨੂੰ, ਹੈ ਨਾ। ਚੋਰ ਤੋਂ ਬਾਅਦ ਹੋਰ ਕੌਣ ਮਿਲਿਆ ਸੀ, ਇਸ ਤੋਂ ਅੱਗੇ ਵਿਆਹ ਵਾਲੇ ਲੋਕ ਜਿਹੜੇ ਲੜਕੀ ਦੀ ਡੋਲੀ ਲੈ ਕੇ ਜਿਹੜਾ ਸੀ ਉਹ ਜਾ ਰਹੇ ਸੀ, ਵਿਆਹੁਣ ਜਾ ਰਹੇ, ਲੜਕੀ ਡੋਲੀ ਲੈ ਕੇ ਆ ਰਹੇ ਸੀ ਵਿਆਹ ਵਾਲੇ ਲੋਕ, ਠੀਕ ਹੈ, ਵਿਆਹ ਵਾਲੇ ਲੋਕ ਜਿਹੜੇ ਸੀ ਉਹ ਮਿਲੇ। ਉਸ ਤੋਂ ਹੋਰ ਇਲਾਵਾ ਕੌਣ ਮਿਲੇ, ਇਸ ਤੋਂ ਅੱਗੇ ਫਿਰ ਸਾਨੂੰ ਮਿਲਿਆ ਕਿਸਾਨ, ਜਿਹਨੂੰ ਕਿਰਸਾਨ ਕਹਿੰਦੇ ਆ, ਕਿਰਸਾਨ ਲਿਖਿਆ ਹੈ, ਠੀਕ ਹੈ। ਕਿਰਸਾਨ ਤੋਂ ਇਲਾਵਾ ਫਿਰ ਅੱਗੇ ਕੌਣ ਮਿਲਿਆ, ਅਰਥੀ ਚੁੱਕੀ ਪਿੰਡ ਦੇ ਲੋਕ, ਅਰਥੀ ਚੁੱਕੀ ਪਿੰਡ ਦੇ ਲੋਕ, ਠੀਕ ਹੈ ਨਾ, ਇਹ ਲੋਕ ਉਹਨੂੰ ਮਿਲੇ। ਲੱਗ ਗਈ ਸਮ ਲਿਖਣਾ ਕਿੱਦਾਂ, ਨਾਨਕੇ ਜਾਣ ਸਮੇਂ ਰਸਤੇ ਵਿੱਚ ਬੁੱਧੂ ਨੂੰ ਸ਼ਿਕਾਰੀ, ਕੌਮਾ ਚੋਰ, ਕੌਮਾ ਵਿਆਹ ਵਾਲੇ ਲੋਕ, ਕੌਮਾ ਕਿਸਾਨ, ਕੌਮਾ ਅਰਥੀ ਚੁੱਕੀ ਪਿੰਡ ਦੇ ਲੋਕ, ਠੀਕ ਹੈ, ਇਹ ਲੋਕ ਜਿਹੜੇ ਉਹਨੂੰ, ਇਹ ਸਾਰੇ ਜਾਣੇ ਉਹਨੂੰ ਰਸਤੇ ਵਿੱਚ ਮਿਲੇ, ਰਸਤੇ ਵਿੱਚ ਲੋਕ ਰਸਤੇ ਵਿੱਚ ਮਿਲੇ, ਠੀਕ ਹੈ। ਨੈਕਸਟ ਕੁਐਸਚਨ ਹੈ ਬੇਟਾ, ਧਿਆਨ ਨਾਲ ਦੇਖੋ, ਪੜ੍ਹ ਲਿਆ ਤੁਸੀਂ ਸਾਰਿਆਂ ਨੇ, ਉੱਪਰਲੇ ਪ੍ਰਸ਼ਨ ਜਿਹੜੇ ਮੈਂ ਲਿਖਵਾ ਰਿਹਾ ਬੇਟਾ ਆਪਣੀ ਬੁੱਕ ਉੱਪਰ ਨੋਟ ਕਰ ਲਓ, ਆਪਣੀ ਫੇਰ ਕਾਪੀ ਉੱਪਰ ਵੀ ਸੋਹਣੇ ਸੋਹਣੇ ਕਰਕੇ ਤੁਸੀਂ ਲਿਖਣੇ ਨੇ। ਇਸ ਤੋਂ ਅੱਗੇ ਈ ਡੀ ਕੁਐਸਚਨ ਹੈ, ਨਾਨਕੇ ਪਹੁੰਚ ਕੇ ਬੁੱਧੂ ਨੇ ਕੀ ਕੀਤਾ, ਜਦੋਂ ਸਾਰਿਆਂ ਨੂੰ ਰਸਤੇ 'ਚ ਮਿਲ ਕੇ ਚਲੇ ਗਿਆ ਸੀ, ਫਿਰ ਉਹ ਨਾਨਕੇ ਪਹੁੰਚ ਗਿਆ ਸੀ, ਨਾਨਕੇ ਪਹੁੰਚਣ ਤੋਂ ਬਾਅਦ ਉਹ ਨਾਨੀ ਕੋਲ ਪਹੁੰਚ ਗਿਆ, ਅਤੇ ਫਿਰ ਬੁੱਧੂ ਨੇ ਕੀ ਕੀਤਾ ਨਾਨੀ ਕੋਲ ਪਹੁੰਚ ਕੇ। ਚਲੋ ਇਹਦਾ ਆਂਸਰ ਲੱਭਦੇ ਹਾਂ ਕਿ ਨਾਨਕੇ ਪਹੁੰਚ ਕੇ ਬੁੱਧੂ ਨੇ ਸਾਰੀ ਕਹਾਣੀ ਨਾਨਕੇ ਪਹੁੰਚ ਕੇ ਬੁੱਧੂ ਨੇ ਸਾਰੀ ਕਹਾਣੀ, ਠੀਕ ਹੈ, ਸਾਰੀ ਕਹਾਣੀ ਕਿਹਨੂੰ ਦੱਸੀ, ਨਾਨੀ ਨੂੰ, ਸੋਰੀ ਨਾਨੀ ਨੂੰ ਦੱਸੀ। ਕਿਹੜੀ ਕਹਾਣੀ ਦੱਸੀ ਸੀ, ਜੋ ਰਸਤੇ 'ਚ ਉਹਦੇ ਨਾਲ ਵਾਪਰਿਆ ਸੀ। ਕੀ ਲਿਖਾਂਗੇ ਆਪਾਂ, ਨਾਨਕੇ ਪਹੁੰਚ ਕੇ ਬੁੱਧੂ ਨੇ ਸਾਰੀ ਕਹਾਣੀ ਨਾਨੀ ਨੂੰ ਸੁਣਾਈ ਜਾਂ ਦੱਸੀ। ਦੱਸੀ ਵੀ ਲਿਖ ਸਕਦੇ ਹੋ, ਸੁਣਾਈ ਵੀ ਲਿਖ ਸਕਦੇ ਹੋ, ਜਿਸ ਤਰ੍ਹਾਂ ਤੁਹਾਨੂੰ ਬਿਹਤਰ ਲੱਗਦਾ ਤੁਸੀਂ ਉੱਦਾਂ ਹੀ ਲਿਖ ਸਕਦੇ ਹੋ, ਠੀਕ ਹੈ। ਇਹ ਸੀ ਕੁਐਸਚਨ ਈਡੀ ਦਾ ਉੱਤਰ। ਅੱਗੇ ਚੱਲਦੇ ਹਾਂ ਬੇਟਾ, ਸਾਰਿਆਂ ਲਿਖ ਲਿਆ ਹੋਵੇਗਾ, ਅਗਰ ਲਿਖਣਾ ਹੈ ਤਾਂ ਵੀਡੀਓ ਪੌਜ਼ ਕਰਕੇ ਰੋਕ ਕੇ ਤੁਸੀਂ ਲਿਖ ਸਕਦੇ ਹੋ। ਅੱਗੇ ਚੱਲਦੇ ਹਾਂ, ਪ੍ਰਸ਼ਨ ਨੰਬਰ 741 ਨੰਬਰ ਪੇਜ 'ਤੇ, ਨਾਨੀ ਨੇ ਬੁੱਧੂ ਨੂੰ ਕੀ ਸਮਝਾਇਆ। ਜਦੋਂ ਉਹਨੇ ਨਾਨੀ ਨੂੰ ਸਾਰੀ ਕਹਾਣੀ ਦੱਸਤੀ ਅਤੇ ਨਾਨੀ ਨੂੰ ਪਤਾ ਲੱਗ ਗਿਆ ਕਿ ਮੇਰਾ ਦੋਤਰਾ ਜਿਹੜਾ, ਕਿਉਂਕਿ ਨਾਨੀ ਦਾ ਉਹ ਦੋਤਾ ਹੁੰਦਾ, ਠੀਕ ਹੈ, ਦਾਦੀ ਦਾ ਪੋਤਾ ਹੁੰਦਾ, ਨਾਨੀ ਦਾ ਦੋਤਾ ਹੁੰਦਾ, ਸੋ ਨਾਨੀ ਨੂੰ ਪਤਾ ਲੱਗ ਗਿਆ ਕਿ ਮੇਰਾ ਜਿਹੜਾ ਦੋਤਾ ਹੈ ਬੁੱਧੂ, ਉਹ ਰਸਤੇ ਦੇ ਵਿੱਚ ਇਸ ਤਰ੍ਹਾਂ ਉਸਨੇ ਕਿਉਂ ਕੀਤਾ, ਕਿਉਂਕਿ ਉਹ ਅਨਪੜ੍ਹ ਸੀ, ਸਕੂਲ ਨਹੀਂ ਸੀ ਕਦੀ ਗਿਆ, ਤਾਂ ਕਰਕੇ ਉਹ ਕਿਸੇ ਵੀ ਗੱਲ ਨੂੰ ਸਮਝ ਨਾ ਸਕਿਆ ਅਤੇ ਲੋਕਾਂ ਦੇ ਜਵਾਬ ਨਾ ਦੇ ਸਕਿਆ ਗੱਲ ਦੇ, ਅਤੇ ਲੋਕਾਂ ਦੀ ਗੱਲ ਸੁਣਦਾ ਗਿਆ ਅਤੇ ਸਮਝਦਾ ਗਿਆ ਜਿੰਨੀ ਕੁ ਉਹਦੀ ਦਿਮਾਗੀ ਸਮਰੱਥਾ ਸੀ, ਪਰ ਉਹ ਸਾਰੇ ਕੰਮ ਉਲਟੇ ਹੁੰਦੇ ਗਏ। ਸੋ ਨਾਨੀ ਨੇ ਕੀ ਸਮਝਾਇਆ ਬੁੱਧੂ ਨੂੰ, ਨਾਨੀ ਨੇ ਬੁੱਧੂ ਨੂੰ ਸਮਝਾਇਆ, ਇੱਥੇ ਕੀ ਨਹੀਂ ਆਏਗਾ ਹੁਣ ਉੱਤਰ ਦੇ ਵਿੱਚ, ਠੀਕ ਹੈ। ਨਾਨੀ ਨੇ ਬੁੱਧੂ ਨੂੰ ਸਮਝਾਇਆ ਕਿ ਜੇ ਤੂੰ ਅਨਪੜ੍ਹ ਰਿਹਾ, ਜੇ ਤੂੰ
अनपढ़ रहा है, जे तू अनपढ़ रहा है ता ही तू बुद्धू बनया है, ता ही तू बुद्धू बनया है। ठीक है ना, क्योंकि नानी ने कहा कि जे तू अनपढ़ है ना ता ही तू जड़ा या वो बुद्धू बनया हाँ, जे तू पढ़िया लिखा फिर बुद्धू नहीं सी बनना। ठीक है, पढ़ाई करदा, इस तो अगे ए लिख के इस तो अगे लिखना पढ़ाई करदा ता, पढ़ाई करदा ता, पढ़ाई करदा ता होशियार ते अकलमंद होना सी, होशियार ते अकलमंद होना सी। ठीक है बेटा, होशियार ते अकलमंद होना सी, जे तू अनपढ़ रहा है ता ही बुद्धू बनया है, पढ़ाई करदा ता होशियार ते अकलमंद हो जाना सी या होना सी। ठीक है, अगे आपां हाहा क्वेश्चन करते हैं, लास्ट वाला। अपने घर परत के बुद्धू ने माँ नूं की कहा, जदों अपने घर परत आया बुद्धू तो अपनी माँ नूं आके उन्हें की कहा सी, की कहा सी, उन्हें गल दिल ते लग गई ना कि मैनू पढ़ना चाहिए, फिर उन्हें आके अपनी मम्मी नूं अपनी माता जी नूं की कहा सी कि माँ, उत्तर किदा लिखांगे दा, अपने घर परत के बुद्धू ने माँ नूं कहा कि माँ मैं स्कूल पढ़न लई जावांगा, स्कूल पढ़न लई जावांगा। ठीक है ना, क्योंकि उन्हें समझ आ गई ना बुद्धू नूं कि जिन्नी भी मेरे ना घटना वापरी है सारी मेरी स्कूल ना जाण करके मैं बुद्धू रह गया, मैनूं किसे गल दी समझ नहीं आई, सो हुण मैं स्कूल जावांगा तो होशियार बणांगा, फिर मैं लोगों का मुकाबला करांगा, लोगों के क्वेश्चनों का प्रश्नों का उत्तर दे सकांगा, लोगों नाल मिल सकांगा। सो प्यारे बच्चों, ये सी क्वेश्चन आंसर जिन्हों आपां प्रश्न उत्तर कह दें, प्रश्नों के उत्तर आपां दित्ते आ, सारे बच्चों ने सोहने सोहने करके अपने कापियां दे उत्ते ते जिहड़ियां पाठ पुस्तकां ने, जिस तरह जगह बनी है पाठ पुस्तक इस तरह ही प्रश्नों की उत्थे तुसीं कर लैणे ने। सो आपां हुण अगली वीडियो दे विच जदों डिस्कस करांगे अगला, वो आपां जिहड़ा है तुहाडे सामने थल्ले है कि वाकां विच वरतना है, वो आपां अगली वीडियो च करांगे। हुण तुसीं घर दा काम नोट कर लो, घर दा काम की है, घर दे काम दे विच प्यारे बच्चों तुसीं इन्हां प्रश्नों नूं याद करना है ते लिखना भी है, इन्हां प्रश्नों नूं याद करना ते लिखना, लिखना पक्की कापी ते भी है ते किताब दे उपर भी है। ठीक है, ये बच्चों तुहाडा जिहड़ा है ये घर दा काम है। ठीक है, ये नोट कर लो, ये तुहाडा घर दा काम है। ठीक है, सो प्यारे बच्चों हुण वीडियो खत्म करदा हाँ, तुसीं इहदी प्रैक्टिस करो, इसनों लिखो ते अपना काम जिहड़ा सुखाला कर लो, इसनों याद भी कर लो। ठीक है, हुण अगली वीडियो फिर तुहाडे नाल मुलाकात होवेगी, हुण मैनूं इजाजत दिओ, तुहाडा बहुत बहुत धन्यवाद, सारे नूं सत श्री अकाल।